ਸਤ ਸ਼੍ਰੀ ਅਕਾਲ ਅੱਜ ਦੀ ਸਾਡੀ ਕਹਾਣੀ ਮੋਹਨ ਪੰਡਾਰੀ ਜੀ ਦੀਆਂ ਰਚਨਾਵਾਂ ਵਿੱਚੋਂ ਇੱਕ ਤਿਲ ਚੋਲੀ ਹੈ ਆਓ ਸ਼ੁਰੂ ਕਰੀਏ ਚੌਧਰੀ ਰੌਣਕ ਮੱਲ ਪਮੱਤਰ ਗਿਆ ਉਹ ਸਿਰ ਤੋਂ ਪੈਰਾਂ ਤੱਕ ਕੰਬ ਉੱਠਿਆ ਪਸੀਨਾ ਉਹਦੀ ਚੌਂਕਣੀ ਗੋਗੜ ਤੇ یوں ਫਿਰ ਗਿਆ ਜਿਵੇਂ ਰੱਜੀ ਹੋਈ ਪੋ ਉੱਪਰ ਕੱਸੀ ਦਾ ਪਹਿਲਾ ਪਾਣੀ ਫਿਰ ਜਾਂਦਾ ਹੈ ਉਹਨੂੰ ਸ਼ਾਮ ਦੇ ਕੁਸਮੂਸੇ ਤੋਂ ਡਰ ਲੱਗ ਰਿਹਾ ਸੀ ਮੋਤ ਜਹੀ ਚੁਪਾਸੀ ਵਰਤੀ ਚੁੱਪਨੇ ਉਹਨੂੰ ਹੋਰ ਵੀ ਭੈਪੀਤ ਕਰ ਦਿੱਤਾ ਉਹਨੇ ਆਪਣੇ ਆਲੇ ਦੁਆਲੇ ਦੇਖਿਆ ਚਾਰੇ ਪਾਸੇ ਹਨੇਰਾ ਫੈਲਿਆ ਹੋਇਆ ਸੀ ਪੱਖ ਦੀ ਪੱਠੀ ਵਿੱਚੋਂ ਨਿਕਲਦੇ ਪੰਗਲੇ ਰੋਹੇ ਵਰਗੇ ਭਿਆਨਕ ਖਿਆਲਾਂ ਨੇ ਉਹਦੇ ਲਹੂ ਦਾ ਦੋਰਾ ਤੇਜ਼ ਕਰ ਦਿੱਤਾ ਭਿਆਨਕ ਤੇ ਅਜੀਬ ਜਿਹੇ ਖਿਆਲ ਉਹ ਸੋਚਣ ਲੱਗਾ ਤੇ ਮੌਤ ਵਰਗੇ ਕਈ ਖਿਆਲ ਉਹ ਇੱਕਦਮ ਸੋਚ ਗਿਆ ਜੇ ਪੜਾ ਇਸ ਹਨੇਰੀ ਰਾਤ 'ਚ ਮੈਨੂੰ ਕੋਈ ਮਾਰ ਜਾਏ ਮੇਰਾ ਗਲ ਹੀ ਘੁੱਟ ਦੇਵੇ ਜਾਂ ਰस्सियां ਨਾਲ ਨੂੜ ਕੇ ਮੈਨੂੰ ਕੀੜੀਆਂ ਦੀ ਭੋਂ ਤੇ ਸੁੱਟ ਜਾਏ ਕੀੜੇ ਮੇਰੀ ਬੋਟੀ-ਬੋਟੀ ਚੁੰਡ ਲੈਣ ਫਿਰ ਉਹਨੂੰ ਯਾਦ ਆਇਆ ਕਿ ਕਿਵੇਂ 15 ਦਿਨ ਪਹਿਲਾਂ ਹੀ ਇੱਕ ਇਹੋ ਜਹੀ ਸ਼ਾਮ ਨੂੰ ਹੀ ਤਿੰਨ ਡਾਕੂਆਂ ਨੇ ਲਾਗਲੇ ਪਿੰਡ ਨੂੰ ਜਾਂਦੇ ਕਿਸੇ ਪਿਓ-ਪੁੱਤ ਨੂੰ ਘੇਰ ਲਿਆ ਸੀ ਉਹ ਦੇ ਦੇਖਦੇ ਆਂ ਦੇਖਦੇ ਆਂ ਪੁੱਤ ਨੂੰ ਗੋਲੀਆਂ ਨਾਲ ਛਾਣ ਦਿੱਤਾ ਸੀ ਉਸ ਪਿੱਛੋਂ ਪਿਓ ਨੂੰ ਵੀ ਟਾਲੀ ਓਲੇ ਲੁਕਿਆ ਕੋਈ ਰਾਹੀ ਇਹ ਦੇਖ ਕੇ ਡਰ ਗਿਆ ਸੀ ਤੇ ਭੱਜ ਉੱਠਿਆ ਸੀ ਭੱਜੇ ਜਾਂਦੇ ਦੇ ਉਹਦੇ ਕੰਨਾਂ ਕੋਲ ਦੀ ਕਿੰਨੀਆਂ ਹੀ ਗੋਲੀਆਂ ਛਾਂ ਛਾਂ ਕਰਦੀਆਂ ਲੰਘ ਗਈਆਂ ਸਨ ਪਰ ਉਹ ਬਚ ਗਿਆ ਇਹ ਸਾਰੀ ਵਿਥਿਆ ਚੌਧਰੀ ਰੌਣਕ ਮੱਲ ਨੇ ਆਪ ਆਪਣੇ ਕੰਨੀ ਉਸ ਬੰਦੇ ਤੋਂ ਸੁਣੀ ਸੀ ਉਹ ਤਾਂ ਇਸ ਸੁੰਸਾਨ ਵਿੱਚ ਇਕੱਲਾ ਸੀ ਬਿਲਕੁਲ ਇਕੱਲਾ ਇੱਕ ਵਾਰੀ ਫੇਰ ਉਹਦਾ ਸਾਰਾ ਸਰੀਰ ਕੰਬ ਗਿਆ ਦੂਰ ਸਾਹਮਣੇ ਚ ਰਸਤੇ ਵਿੱਚ ਕਿਸੇ ਪੁੱਤ ਵਿਗੂਚੀ ਦੇ ਬਾਲੇ ਟੂਨੇ ਦੇ ਦੀਵੇ ਦੀ ਲਾਟ ਕੰਬ ਰਹੀ ਸੀ ਕਾਲੀ ਕਾਲੀ ਉਹ ਆਪਣੇ ਘਰ ਨੂੰ ਤੁਰ ਪਿਆ ਕੀੜੀਆਂ ਦੇ ਭੋਂ ਤੇ ਤਿਲ ਚੋਲੀ ਪਾਉਣ ਉਹ ਬੜੇ ਠਰਮੇ ਨਾਲ ਹਵਾ ਨਾਲ ਅਠਖੇਲੀਆਂ ਕਰਦਾ ਆਇਆ ਸੀ ਘਰ ਨੂੰ ਮੁੜੇ ਜਾਂਦੇ ਨੇ ਉਹਦੇ ਕਦਮ ਠਿੜਕ ਠਿੜਕ ਜਾਂਦੇ ਸਨ ਉਨੂੰ ਲੱਗਿਆ ਜਿਵੇਂ ਕੋਈ ਉਹਦਾ ਪਿੱਛਾ ਕਾਰਿਆ ਹੁੰਦਾ ਹੈ ਉਹਦੇ ਬਿਲਕੁਲ ਨਾਲ-ਨਾਲ ਕੋਈ ਤੁਰ ਰਿਹਾ ਹੁੰਦਾ ਹੈ ਉਹਨੇ ਪਿੱਛੇ ਮੁੜ ਕੇ ਦੇਖਿਆ ਉੱਥੇ ਤਾਂ ਕੋਈ ਵੀ ਨਹੀਂ ਸੀ ਉਹਦਾ ਪਰਛਾਵਾਂ ਹੀ ਸੀ ਜਿਹੜਾ ਸ਼ਾਇਦ ਉਸ ਤੋਂ ਵੀ ਜ਼ਿਆਦਾ ਡਰਿਆ ਹੋਇਆ ਸੀ ਤੇ ਉਸ ਤੋਂ ਵੀ ਜ਼ਿਆਦਾ ਉਹ ਕੰਬ ਰਿਹਾ ਸੀ ਖੜਕਾ ਹੋਣ ਦੇ ਡਰੂ ਪੰਜ ਗੱਜੀ ਥੋਤੀ ਦਾ ਲੜ ਓਨੇ ਇੱਕ ਹੱਥ ਨਾਲ ਫੜ ਲਿਆ ਸੰਭਲ ਸੰਭਲ ਤੁਰਦਾ ਉਹ ਏਦਾਂ ਆਪਣੇ ਘਰ ਆ ਵੜਿਆ ਜਿੱਦਾਂ ਕੋਈ ਸੱਪ ਚਾਨਣ ਦੀ ਮਸਤੀ ਵਿੱਚ ਖੇਡਦਾ ਖੇਡਦਾ ਕਿਸੇ ਅਣਡਿੱਠ ਨਿਓਲੇ ਦੀ ਨਜ਼ਰ ਚੜਨ ਡਰਦਾ ਆਪਣੀ ਖੁੱਡ ਵਿੱਚ ਸਰਕ ਜਾਂਦਾ ਹੈ ਅੰਦਰ ਤੱਕੀ ਵਿੱਚੋਂ ਉਸ ਬਾਹਰ ਵੱਲ ਨੂੰ ਦੇਖਿਆ ਲੋਕਾਂ ਦਾ ਹੜ ਸ਼ਹਿਰ ਵੱਲ ਨੂੰ ਆ ਰਿਹਾ ਸੀ ਅਗਲੇ ਕਮਰੇ ਵਿੱਚ ਵੜਦਿਆਂ ਹੀ ਉਹ ਆਪਣੇ ਨਵਾਰੀ ਪਲੰਗ ਉੱਤੇ ਡਿੱਗ ਪਿਆ 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 ਉਹ ਆਪਣੀ ਪਹਿਲੀ ਜ਼ਿੰਦਗੀ ਬਾਰੇ ਸੋਚਣ ਲੱਗਾ ਸੋਚਦਾ ਸੋਚਦਾ ਉਹ ਉੱਥੇ ਪੁੱਜ ਗਿਆ ਜਿੱਥੇ ਚੌਧਰੀ ਰੌਣਕ ਮੱਲ ਨਹੀਂ ਸੀ ਹੁੰਦਾ ਬਸ ਰੌਣਕ ਹੀ ਹੁੰਦਾ ਸੀ ਇਕੱਲਾ ਮਾਂ ਦਾ ਲਾਡਲਾ ਰੌਣਕ ਤੇ ਉਹ ਪਿੰਡ ਵਿੱਚ ਫਿਰ ਕੇ ਕੱਪੜਾ ਵੇਚਦਾ ਹੁੰਦਾ ਸੀ ਛੋਟੀ ਜਹੀ ਕੱਪੜੇ ਦੀ ਭਰੀ ਗਠੜੀ ਕਿਸੇ ਬਾਜੀਗਰਨੀ ਦੀ ਪਿੱਠ ਉੱਤੇ ਲੱਦੇ ਨਿਆਣੇ ਵਾਂਗ ਉਹਦੀਆਂ ਵੱਖੀਆਂ ਵਿੱਚ ਵੜ ਵੜ ਜਾਂਦੀ ਪਿੰਡ ਦੀਆਂ ਸੁਆਣੀਆਂ ਨੂੰ ਗੱਜ-ਗੱਜ ਕੱਪੜਾ ਵੇਚਦਾ ਉਹ ਮਸਾਂ ਗੁਜ਼ਾਰਾ ਤੁਰਦਾ ਥੱਕਿਆ ਟੁੱਟਿਆ ਘਰ ਆ ਕੇ ਜਦ ਉਹ ਆਪਣੀ ਜਨਾਨੀ ਦੇ ਹੱਥਾਂ ਦੀ ਪੱਕੀ ਰੋਟੀ ਖਾਂਦਾ ਤਾਂ ਉਹਦਾ ਸਾਰਾ ਥਕੀਵਾ ਲੈ ਜਾਂਦਾ ਦੋਵੇਂ ਵੇਲੇ ਮਿਲਦੀ ਰੁੱਖੀ ਮਿੱਸੀ ਰੋਟੀ ਉਹਨੂੰ ਬਹੁਤ ਸੁਆਦ ਲੱਗਦੀ ਤੇ ਉਹ ਇਸ ਲਈ ਰੱਬ ਦਾ ਸੋ ਸੋ ਸ਼ੁਕਰ ਕਰਦਾ ਜਿੰਦਗੀ ਉਹਦੀ ਸਾਂਭੀ ਤੁਰ ਰਹੀ ਸੀ ਇੱਕ ਦਿਨ ਉਹਦਾ ਕਪੜਾ ਬਹੁਤ ਵਿਕਿਆ ਕੁਝ ਰਪੇ ਉਹਨੂੰ ਉਧਾਰ ਦੇ ਮਿਲ ਗਏ ਘਰ ਆ ਕੇ ਉਹਨੇ ਜਦ ਸਾਰੇ ਗਿਣੇ ਤਾਂ ਪੂਰੇ 100 ਦੇ ਨੋਟਸ ਹਨ ਸੋ ਸੋ ਦੇ ਨੋਟ ਤਾਂ ਉਹਨੇ ਬਹੁਤ ਦੇਖੇ ਸਨ ਸ਼ਹਿਰ ਦੇ ਵੱਡੇ ਹਟਵਾਨੀਆਂ ਦੀ ਦੁਕਾਨ ਦਾ ਗੱਲਾ 100 100 ਦੇ ਨੋਟਾਂ ਨਾਲ ਹੀ ਤਾਂ ਭਰਿਆ ਰਹਿੰਦਾ ਸੀ ਉਹ ਛੋਟੇ ਨੋਟਾਂ ਬਦਲੇ ਪਿੰਡ ਦੇ ਸ਼ਰਾਬ ਦੇ ਠੇਕੇ ਤੋਂ 100 ਦਾ ਇੱਕੋ ਇੱਕ ਨੋਟ ਬਦਲਵਾ ਲਿਆ ਆ ਉਹਦੀ ਤਾਂ ਤੌਰ ਹੀ ਬਦਲ ਗਈ ਘਰ ਵਿੱਚ ਪਹਿਲੀ ਵੇਰਾਂ 100 ਦਾ ਨੋਟ ਆਇਆ ਸੀ ਕੋਰੇ ਕੋਜੇ ਵਿੱਚ 100 ਦਾ ਨੋਟ ਰੱਖ ਕੇ ਉਹਨੇ ਨਵੇਂ ਥਾਣ ਨਾਲੋਂ ਲੀਰ ਪਾੜ ਕੇ ਉਹਦਾ ਮੂੰਹ ਬੰਨ ਦਿੱਤਾ। ਕੁੱਜਾ ਉਹ ਕੱਚੀ ਕੋਠੀ ਵਿੱਚ ਰੱਖ ਕੇ ਲੰਮਾ ਪੈ ਗਿਆ। ਸਾਰੀ ਦੀ ਸਾਰੀ ਰਾਤ ਉਹ ਪਾਸੇ ਮਾਰਦਾ ਰਿਹਾ। ਉਹਨੂੰ ਨੀਂਦ ਨਹੀਂ ਸੀ ਆ ਰਹੀ। ਉਹ ਘੰਟੇ-ਘੰਟੇ ਪਿੱਛੋਂ ਕੁੱਜੇ ਦਾ ਮੂੰਹ ਖੋਲ ਕੇ 100 ਦੇ ਨੋਟ ਨੂੰ ਹੱਥਾਂ ਨਾਲ ਟੋ ਟੋ ਕੇ ਮੁੜ ਕੋਠੀ ਵਿੱਚ ਰੱਖ ਦਿੰਦਾ ਉਸ ਰਾਤ ਉਹਦੀ ਅਜੀਬ ਹਾਲਤ ਹੋ ਗਈ ਸੀ ਉਹਦੀ ਘਰ ਵਾਲੀ ਉਸ ਦੀ ਇਹ ਹਾਲਤ ਵੇਖ-ਵੇਖ ਕਬਰਾ ਰਹੀ ਸੀ ਉਸ ਨੂੰ ਕੀ ਚੱਲ ਚੜ ਗਿਆ ਸੀ ਉਸ ਰਾਤ ਉਹ ਹੁਣ ਵੀ ਕਦੇ-ਕਦੇ ਸੋਚਣ ਲੱਗ ਜਾਂਦੀ ਫੇਰ ਉਹਨੇ ਆਪਣੇ ਪਿੰਡ ਹੀ ਬਜਾਜੀ ਦੀ ਹੱਟੀ ਪਾ ਲਈ ਤੇ ਉਹ ਰੌਣਕੀ ਦੀ ਥਾਂ ਰੌਣਕੀ ਮੱਲ ਬਣ ਗਿਆ ਪਿੰਡ ਵਿੱਚ ਉਹਦਾ ਸੋਨਾ ਵਣਜ ਚੱਲ ਪਿਆ ਦੂ ਦੂ ਚਾਰ ਚਾਰ ਤੋਂ ਵੱਧਦੀਆਂ ਅਸਾਮੀਆਂ ਹੁਣ ਸਾਰੇ ਪਿੰਡ ਵਿੱਚ ਫੈਲ ਗਈਆਂ ਕੱਪੜੇ ਉੱਤੇ ਲੱਗੇ ਕੰਟਰੋਲ ਨੇ ਉਹਨੂੰ ਬਲੈਕ ਕਰਨੀ ਸਿਖਾਈ ਨਿਤ ਨਵੀਆਂ ਟੈਕਸਾਂ ਨੇ ਉਹਨੂੰ ਦੋਹਰੀਆਂ ਵਹਈਆਂ ਰੱਖਣੀਆਂ ਸਿਖਾ ਦਿੱਤੀਆਂ ਪਿੰਡ ਦਾ ਵਾੜ-ਵਾਲ ਉਹਦਾ ਕਰਜਾਇ ਸੀ ਸਾਰੇ ਇਲਾਕੇ ਵਿੱਚ ਹੁਣ ਰੌਣਕ ਮੱਲ ਰੌਣਕ ਮੱਲ ਹੋ ਰਹੀ ਸੀ ਫੇਰ ਉਹਨੂੰ ਪਿੰਡ ਛੋਟਾ-ਛੋਟਾ ਲੱਗਣ ਲੱਗਾ ਜਿਵੇਂ ਉਹਦੀ ਦਿਨ ਪਰ ਦਿਨ ਵੱਧਦੀ ਗੋਗੜ ਹੁਣ ਇਸ ਪਿੰਡ ਵਿੱਚ ਨਹੀਂ ਸੀ ਸਮਾ ਸਕਦੀ ਇੱਕ ਰਾਤ ਉਹ ਟਰੱਕ ਵਿੱਚ ਸਮਾਨ ਪਾ ਕੇ ਲਾਗਲੇ ਸ਼ਹਿਰ ਆਵੜਿਆ ਅਸਾਮੀਆਂ ਪਿੰਡਾਂ ਤੋਂ ਸ਼ਹਿਰ ਦੇ ਚੱਕਰ ਮਾਰਨ ਲੱਗੀਆਂ ਜਿਸ ਦੀ ਧੀ ਪੈਣ ਦਾ ਵਿਆਹ ਤਰਿਆ ਜਾਂਦਾ ਉਹ ਰੌਣਕ ਮੱਲ ਕੋਲ ਜ਼ਰੂਰ ਪੁੱਜਦਾ ਜਮੀਨ ਗਹਿਣੇ ਧਰ ਕੇ ਆਪਣੀ ਗਰਜ ਪੂਰੀ ਕਰਦਾ ਰੌਣਕ ਮੱਲ ਦੇ ਗੁਣ ਗਾਉਂਦਾ ਉਹ ਥੱਕਦਾ ਨਾ ਹੁਣ ਰੌਣਕ ਮੱਲ ਦੇ ਦੋ ਪੱਠੇ ਚੱਲਦੇ ਸਨ ਉਹਦੇ ਆਪਣੇ ਕਈ ਟਰੱਕ ਚੱਲਦੇ ਸਨ ਕਈ ਕੰਪਨੀਆਂ ਦਾ ਉਹ ਹਿੱਸੇਦਾਰ ਸੀ ਉਹਦਾ ਇੰਨਾ ਕੰਮ ਹੋਣ ਉੱਤੇ ਵੀ ਉਹਨੂੰ ਹੁਣ ਕੋਈ ਕੰਮ ਨਹੀਂ ਸੀ ਬਸ ਗੋਗੜ ਤੇ ਘੜੀ ਮੂੜੀ ਉਹ ਹੱਥ ਫੇਰਦਾ ਰਹਿੰਦਾ ਕਦੇ-ਕਦੇ ਮਸਤੀ ਵਿੱਚ ਆ ਕੇ ਆਪਣੀ ਘਰ ਵਾਲੀ ਉੱਤੇ ਰੋਬ ਚਾੜਦਾ ਉਹ ਕਹਿੰਦਾ ਭਗਵਾਨ ਨੇ ਕੀ ਸਮਝ ਦੀਏ ਜਿਹੜੇ ਰੋਣਕੀ ਨੂੰ ਘਰ ਵਿੱਚ 100 ਦਾ ਨੋਟ ਪਿਆ ਦੇਖ ਕੇ ਉਸ ਰਾਤ ਨੀਂਦ ਨਹੀਂ ਸੀ ਆਈ ਅੱਜ 4 ਡਿੰਗਾ ਤੇ ਪਿਸ਼ਾਬ ਕਰਨ ਗਿਆ ਇੰਨਾ ਕਮਾ ਲੈਂਦਾ ਵਦੀ ਗੋਗੜ ਉੱਤੇ ਉਹਦਾ ਹੱਥ ਮੱਲੋ ਮੱਲੀ ਫਿਰਨ ਲੱਗ ਜਾਂਦਾ ਇਸ ਸਾਲ ਦੀਆਂ ਇਲਕਸ਼ਨਾ ਵਿੱਚ ਉਹ ਸ਼ਹਿਰ ਦਾ ਮੁਖੀਆ ਚੁਣਿਆ ਗਿਆ ਰੌਣਕ ਮੱਲ ਤੋਂ ਹੁਣ ਉਹ ਚੌਧਰੀ ਰੌਣਕ ਮੱਲ ਬਣ ਗਿਆ ਇੰਨਾ ਕੁਝ ਹੁਣ ਤੇ ਵੀ ਓਨੂੰ ਚੈਨ ਨਹੀਂ ਸੀ ਮਿਲਿਆ ਵਪਾਰਕ ਧੰਦਿਆਂ ਵਿੱਚ ਉਲਝਿਆ ਉਹ ਦਿਨ ਰਾਤ ਭਟਕਦਾ ਰਹਿੰਦਾ ਉਸ ਦੀਆਂ ਕਈ ਅਸਾਮੀਆਂ ਓਨੂੰ ਅੱਖਾਂ ਦਿਖਾਉਣ ਲੱਗ ਜਾਂਦੀਆਂ ਕਈ ਅਸਾਮੀਆਂ ਮਰ ਮੁੱਕਰ ਜਾਂਦੀਆਂ ਉਹਦੇ ਆਪਣੇ ਖਾਸ ਪਿੰਡ ਦਾ ਬਚਨਾ ਕਾਮਰੇਡ ਖੁੱਲਮ ਖੁੱਲਾ ਉਹਦੇ ਖਿਲਾਫ ਪ੍ਰਚਾਰ ਕਰਦਾ ਫਿਰਦਾ ਰਹਿੰਦਾ ਕਦੇ-ਕਦੇ ਤਾਂ ਉਹ ਉਹਦੇ ਮੂੰਹ ਤੇ ਵੀ ਖਰੀਆਂ-ਖਰੀਆਂ ਸੁਣਾ ਜਾਂਦਾ ਭਰੇ ਬਾਜ਼ਾਰ ਵਿੱਚ ਬਾਹ ਕੱਢ ਕੇ ਉਹਦੀਆਂ ਦੁਕਾਨਾਂ ਦੀ ਕਤਾਰ ਵੱਲ ਇਸ਼ਾਰਾ ਕਰਕੇ ਉਹ ਕਹਿੰਦਾ ਓਏ ਰੌਣਕਾ ਕਿਦੀ ਖਾਤਰ ਜੋੜਦਾ ਇਹ ਮਿਲਖਾ ਮੋਕਾ ਉਣ ਤੇ ਲੋਕਾਂ ਨੇ ਇਹ ਆਪੇ ਸਾंभ ਲੈਣੀਆਂ ਨੇ ਇਹ ਸੁਣ ਕੇ ਚੌਧਰੀ ਰੌਣਕ ਮੱਲ ਉਪਰੋਂ ਉਪਰੋਂ ਤਾਂ ਹੱਸ ਛੜਦਾ ਪਰ ਅੰਦਰੋਂ ਅੰਦਰ ਜਿਵੇਂ ਓਨੂੰ ਕਾਂਬਾ ਛਿੜ ਜਾਂਦਾ ਆਪਸ ਵਿੱਚ ਗੱਲਾਂ ਕਰਦੇ ਲੋਕ ਓਨੂੰ ਲੱਗਦਾ ਜਿਵੇਂ ਉਹਦੀਆਂ ਹੀ ਚੁਗਲੀਆਂ ਕਰ ਰਹੇ ਹੋਣ ਉਹਦੇ ਖਿਲਾਫ ਵਿਉਂਤਾ ਬਣਾ ਰਹੇ ਹੋਣ ਕਈ ਕਈ ਪਰਮ ਕਈ ਕਈ ਵਹਿਮ ਖਾਮ ਖਾ ਉਹਨੂੰ ਤੰਗ ਕਰੀ ਜਾਂਦੇ ਉਹਦੀਆਂ ਰਾਤਾਂ ਦੀ ਨੀਂਦ ਹਰਾਮ ਹੁੰਦੀ ਰਹਿੰਦੀ ਕਦੇ ਕਦੇ ਉਹ ਉੱਬੜ ਵਾਇਆ ਉੱਠ ਬੈਂਦਾ ਭੈੜੇ ਭੈੜੇ ਸੁਪਨੇ ਉਹਨੂੰ ਆਉਂਦੇ ਰਹਿੰਦੇ ਫੇਰ ਉਹਨੇ ਇੰਨਾਂ ਗੱਲਾਂ ਵੱਲ ਧਿਆਨ ਦੇਣਾ ਹੀ ਛੱਡ ਦਿੱਤਾ ਪੰਡਤਾਂ ਭਾਈਆਂ ਨੂੰ ਉਹ ਪੂਜਣ ਲੱਗਾ ਇਲਾਕੇ ਦੇ ਵੱਡੇ ਸੰਤਾਂ ਨੂੰ ਕਈ ਵੇਰਾਂ ਕਾਰ ਵਿੱਚ ਬਿਠਾ ਕੇ ਆਪਣੇ ਸ਼ਹਿਰ ਲੈ ਆਇਆ ਸਾਲ ਵਿੱਚ ਕਈ ਸਤ ਸੰਗ ਉਹਨੇ ਕਰਾਏ ਸਕੂਲਾਂ ਮੰਦਰਾਂ ਤੇ ਗੁਰਦੁਆਰਿਆਂ ਨੂੰ ਉਹਨੇ ਹਜ਼ਾਰਾਂ ਰੁਪਏ ਮਦਦ ਵਜੋਂ ਦਿੱਤੇ ਹਾੜ ਪੀੜਤਾ ਵਿੱਚ ਉਹਨੇ ਹਜ਼ਾਰਾਂ ਕੰਬਲ ਵੰਡੇ ਇਲੈਕਸ਼ਨ ਫੰਡ ਵਿੱਚ ਉਹਨੇ ਏਡੀ ਵੱਡੀ ਥੈਲੀ ਪੈਂਟ ਕੀਤੀ ਕਿ ਵੱਡਿਆਂ ਵੱਡਿਆਂ ਸ਼ਾਹੂਕਾਰਾਂ ਦੇ ਦੰਦ ਜੋੜ ਦਿੱਤੇ ਪਰ ਫਿਰ ਵੀ ਇੱਕ ਖੋਜ ਜਹੀ ਇੱਕ ਪਟਕਣ ਜਹੀ ਉਹਨੂੰ ਅੰਦਰੋਂ ਅੰਦਰ ਖਾਈ ਜਾਂਦੀ ਆਪਣੇ ਕੰਮ ਵੱਲੋਂ ਅਵੇਸਲਾ ਹੋ ਕੇ ਕੰਮ ਜਿਹੜਾ ਕੀ ਹੁਣ ਆਪੇ ਹੀ ਚੱਲੀ ਜਾ ਰਿਹਾ ਸੀ ਉਹ ਚੈਣਪਾਲ ਰਹਿਸੀ ਉਹ ਜਿਹੜਾ ਚੈਣ ਜਿਹੜਾ ਕੀ ਉਹਨੂੰ ਕਦੇ ਪਿੰਡਾਂ ਚ ਗੱਜ-ਗੱਜ ਕੱਪੜਾ ਵੇਚ ਕੇ ਆਏ ਠੱਕੇ ਟੁੱਟੇ ਨੂੰ ਚੁੱਲ੍ਹੇ ਮੂਰੇ ਬਹਿ ਕੇ ਰੁੱਖੀ ਮਿੱਸੀ ਰੋਟੀ ਖਾਂਦਿਆਂ ਨਸੀਬ ਹੁੰਦਾ ਸੀ ਕਿੰਨਾ ਠਰਮਾ ਕਿੰਨਾ ਚੈਣ ਸੀ ਉਸ ਜ਼ਿੰਦਗੀ ਵਿੱਚ ਕਦੇ-ਕਦੇ ਉਹ ਸੋਚਦਾ ਫੇਰ ਉਹਨੂੰ ਇੱਕ ਪ੍ਰਤਾਪੀ ਸੰਤਾ ਨੇ ਦਰਸ਼ਨ ਹੋਏ ਸਾਰੀ ਵਿਦਿਆ ਉਹਨੇ ਸੰਤਾਂ ਨੂੰ ਕਹਿ ਸੁਣਾਈ ਇੱਕ ਵੇਰਾਂ ਤਾਂ ਉਹ ਸੰਤਾ ਅੱਗੇ ਚੌਧਰੀ ਰੌਣਕੀ ਮਲ ਤੋਂ ਇੱਕ ਤੁਛ ਰੌਣਕੀ ਬਣ ਗਿਆ ਸੰਤਾ ਨੂੰ ਦਇਆ ਆ ਗਈ ਉਹਦੀ ਇਹ ਹਾਲਤ ਦੇਖ ਕੇ ਮੂੰਹ ਵਿੱਚ ਕਾ ਗਲ ਵਿੱਚ ਖੱਦਰ ਦਾ ਪਰਣਾ ਤੇ ਨੰਗੇ ਪੈਰੀ ਸ਼ਹਿਰ ਦਾ ਚੌਧਰੀ ਉਨ੍ਹਾਂ ਦੇ ਚਰਨਾਂ ਵਿੱਚ ਡਿਆ ਪਿਆ ਸੀ ਸੰਤਾ ਨੇ ਜੱਗ ਕਰਾਇਆ ਉਨ੍ਹਾਂ ਨੇ ਉਹਦਾ ਹੱਥ ਲਵਾ ਕੇ ਗਰੀਬਾਂ ਨੂੰ ਕੱਪੜੇ ਵੰਡਾਏ ਬ੍ਰਾਹਮਣਾਂ ਨੂੰ ਕਈ ਕਪੜਾ ਗਾਵਾਂ ਦਾਨ ਕਰਵਾਈਆਂ ਉਹ ਉਹਦੇ ਕੋਲ ਸਵਾ ਮਹੀਨਾ ਰਹੇ ਜਾਂਦੇ ਹੋਏ ਉਹਨੂੰ ਅਸੀਸ ਦੇ ਗਏ ਤੇ ਕਹਿ ਗਏ ਦੇਖ ਰੌਣਕ ਮੱਲ ਕੱਲ ਨੂੰ ਮੰਗਲਵਾਰ ਹੈ ਕੱਲ ਤੂੰ ਹੀ ਡੁੱਬਦੇ ਸੂਰਜ ਨਾਲ ਕੀੜੀਆਂ ਦੇ ਭੋਣ ਉੱਤੇ ਤਿਲ ਚੋਲੀ ਪਾ ਕੇ ਆਇਆ ਕਰ ਸਵਾ ਸਾਲ ਤਿਲ ਚੋਲੀ ਪੈਂਦਾ ਰਹੀਂ ਇਹ ਬੇਜਬਾਨ ਕੀੜੇ ਤੈਨੂੰ ਤਾਰ ਦੇਣਗੇ ਦੇਖੀ ਕਿਤੇ ਭੁੱਲ ਨਾ ਜਾਈਂ ਇਹ ਕਹਿ ਕੇ ਸੰਤ ਨਗਰੀ ਤੋਂ ਬਾਹਰ ਹੋ ਗਏ ਹੁਣ ਹਰ ਡੁੱਬਦੇ ਸੂਰਜ ਨਾਲ ਚੌਧਰੀ ਰੌਣਕ ਮਲ ਕੀੜੀਆਂ ਦੀ ਭੋਂ ਉੱਤੇ ਤਿਲ ਚੋਲੀ ਪਾਣ ਜਾਂਦਾ ਵੱਡੇ ਤੋਂ ਵੱਡਾ ਕੰਮ ਛੱਡ ਉਹ ਆਪਣੇ ਹੱਥੀ ਤਿਲ ਚੋਲੀ ਪਾ ਕੇ ਆਉਂਦਾ ਕਈ-ਕਈ ਮਿੰਟ ਉਹ ਕੀੜੀਆਂ ਦੇ ਭੋਂ ਉੱਤੇ ਬੈਠਾ ਚੋਲਾ ਪਿੱਛੇ ਕੀੜੀਆਂ ਦੀ ਲੜਾਈ ਦੇਖਦਾ ਰਹਿੰਦਾ ਸਵਾਦ ਲੈਂਦਾ ਰਹਿੰਦਾ ਆਪਣੀ ਜ਼ਿੰਦਗੀ ਉਹਨੂੰ ਫੇਰ ਸਾਵੀ ਹੁੰਦੀ ਜਾਪੀ ਕਈ ਦਿਨ ਤੋਂ ਇੱਕ ਅਜੀਬ ਤਮਾਸ਼ਾ ਕੀੜੀਆਂ ਦਾ ਉਹ ਵੇਖ ਰਿਹਾ ਸੀ ਛੋਟੀਆਂ-ਛੋਟੀਆਂ ਕੀੜੀਆਂ ਤੋਂ ਇੱਕ ਵੱਡੇ ਕੱਦ ਬੁੱਤ ਵਾਲਾ ਕੀੜਾ ਤਿਲ ਚੋਲੀ ਸ਼ੱਕਰ ਦੀ ਚਿਪਕੀ ਰੋੜੀ ਖੋ ਕੇ ਲੈ ਜਾਂਦਾ ਸੀ ਉਹਦਾ ਇਹ ਹਮਲਾ ਵੇਖ ਕੇ ਚੌਧਰੀ ਖਿੜ ਉੱਠਦਾ ਸੀ ਕਿੰਨਾ ਹਿੰਮਤੀ ਐ ਸਦਕੇ ਤੇਰੇ ਉਹਦੇ ਮੂੰਹੋਂ ਆਪੇ ਨਿਕਲ ਜਾਂਦਾ ਅੱਜ ਸ਼ਹਿਰ ਵਿੱਚ ਕੁਸ਼ਤੀਆਂ ਸਨ ਇਲਾਕੇ ਵਿੱਚੋਂ ਆਏ ਉਹਦੇ ਕਰਜਾਈ ਪੋਥੇ ਪਾਈ ਸ਼ਰਾਬ ਵਿੱਚ ਗੁੱਟ ਉਹਦੇ ਵੱਲ ਘੂਰ-ਘੂਰ ਦੇਖਦੇ ਸਨ ਕਾਮਰੇਡ ਬਚਨਾ ਲੋਕਾਂ ਦੇ ਹੜ ਵਿੱਚ ਚੰਮਲਿਆ ਇਉਂ ਫਿਰ ਰਿਹਾ ਸੀ ਜਿਵੇਂ ਵਿਆਹ ਵਿੱਚ ਨਾਇਨ ਫਿਰਦੀ ਹੁੰਦੀ ਹੈ ਚੌਧਰੀ ਰੌਣਕਮਲ ਨੂੰ ਕੁਸ਼ਤੀਆਂ ਵੇਖਣਾ ਅੱਜ ਚੰਗਾ ਨਾ ਲੱਗਾ ਉਹ ਉਹਤਾ ਆਪਣੇ ਪਹਿਲਵਾਨ ਕੀੜੇ ਦੇ ਦੌਂ ਪੇਚ ਹੀ ਵੇਖੇਗਾ ਇਹ ਸੋਚਦਾ ਠਰਮੇ ਨਾਲ ਟੁਰਦਾ ਅਠਖੇਲੀਆਂ ਕਰਦਾ ਉਹ ਕੀੜੀਆਂ ਦੀ ਭੋਣ ਉੱਤੇ ਪੂਜਾ ਤਿਲ ਚੋਲੀ ਪਾਉਣ ਤੋਂ ਪਹਿਲਾਂ ਉਹਨੇ ਇੱਕ ਨਿੱਕੀ ਜਹੀ ਚਿਪਕੀ ਹੋਈ ਤਿਲਾਂ ਨਾਲ ਭਰੀ ਗੁੜ ਦੀ ਰੋੜੀ ਭੋਣ ਉੱਤੇ ਸੁੱਟੀ ਤਮਾਸ਼ਾ ਦੇਖਣ ਲਈ ਉਹ ਤਿਆਰ ਹੋ ਗਿਆ ਐਤਕੀ ਉਦੇ ਮੂੰਹ ਸਦਕੇ ਤੇਰੇ ਨਾਂ ਨਿਕਲਿਆ ਉਹ ਕੰਬ ਉੱਠਿਆ ਵੱਡੇ ਕੀੜੇ ਤੋਂ ਗੁੜ ਦੀ ਨਿੱਕੀ ਜਹੀ ਡਲੀ ਖੋ ਕੇ ਛੋਟੇ-ਛੋਟੇ 5-6 ਕੀੜੇ ਆਪਣੇ ਖੁੱਡ ਵੱਲ ਚਾਲੀ ਲਜ਼ਾ ਰਹੇ ਸਨ ਇਹ ਸੀ ਸਾਡੀ ਅੱਜ ਦੀ ਕਹਾਣੀ ਤਿਲ ਚੋਲੀ ਜੇਕਰ ਤੁਹਾਨੂੰ ਪਸੰਦ ਆਈ ਹੋਵੇ ਦਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਦੇਵੋ ਧੰਨਵਾਦ